ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਮਰੀਦਕੇ ਵਿਖੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਨਾਲ ਹੀ ਸੈਂਚੀਆਂ ਪੀੜਾ ਸਾਹਿਬ ਤੇ ਚੰਦੋਆ ਦੀ ਵੀ ਅੱਗ ਦੀ ਭੇਂਟ ਚੜ ਗਈਆਂ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉੱਥੇ ਮੌਜੂਦ ਸਿੱਖ ਬੀਬੀਆਂ ਹਰਜੀਤ ਕੌਰ ਤੇ ਕਰਤਾਰ ਕੌਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਤੇ ਉਹਨਾਂ ਆ ਕੇ ਅੱਗ ਤੇ ਕਾਬੂ ਪਾਇਆ। ਇਹ ਸਭ ਘਟਨਾ ਪੱਖੇ ਦੇ ਸ਼ਾਰਟ ਸਰਕਟ ਹੋਣ ਕਾਰਨ ਵਾਪਰੀ। ਤਦ ਤੱਕ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪੀੜਾ ਸੈਂਚੀਆਂ ਤੇ ਚੰਦੋਵਾ ਤੇ ਹੋਰ ਸਮਾਨ ਵੀ ਅਗਨ ਭੇਂਟ ਹੋ ਚੁੱਕਾ ਸੀ। ਮਾਮਲੇ ਦੀ ਛਾਣਬੀਣ ਕਰਨ ਲਈ ਉੱਚ ਅਧਿਕਾਰੀ ਪਹੁੰਚੇ ਹੋਏ ਸਨ, ਜੋ ਕਿ ਬਰੀਕੀ ਨਾਲ ਜਾਂਚ ਕਰ ਰਹੇ ਸਨ। ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਅਮਰੀਤ ਸਿੰਘ ਵੱਲੋਂ ਜਤਾਇਆ ਗਿਆ ਕਿ ਸਾਨੂੰ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਆਪਣੀ ਜ਼ਿੰਮੇਵਾਰੀ ਹਰ ਗੁਰਸਿੱਖ ਨੂੰ ਸਮਝਣੀ ਚਾਹੀਦੀ ਹੈ ਤਾਂ ਜੋ ਅਗਾਂਹ ਤੋਂ ਇਹੋ ਜਿਹੀ ਘਟਨਾ ਨਾ ਵਾਪਰ ਸਕੇ। ਦੁਕਾਨ ਤੇ ਮੈਂ ਆਪਸ ਆ ਰਿਹਾ ਸੀ, ਉਦੋਂ ਗੁਰਦੁਆਰਾ ਸਾਹਿਬ ਦੇ 'ਚ ਅੱਗ ਲੱਗੀ ਸੀ ਤੇ ਬਾਰੀ ਥਾਣੇ ਦੇ ਵਿੱਚ ਧੂੰਆਂ ਨਿਕਲ ਰਿਹਾ ਸੀ ਤੇ ਉਸ ਤੋਂ ਬਾਅਦ ਮੈਂ ਵੇਖਿਆ ਸੀ ਤੇ ਸੌਦਾ ਮੈਂ ਇੱਥੇ ਰੱਖ ਕੇ ਸੜਕ ਦੇ ਵਿੱਚ ਰੱਖ ਕੇ ਤੇ ਮੈਂ ਸੇਵਾਦਾਰ ਨੂੰ ਜਾ ਕੇ ਰੌਲਾ ਪਾ ਕੇ ਕਿਹਾ ਮੈਂ ਸੇਵਾਦਾਰ ਸਾਹਿਬ ਗੁਰਦੁਆਰਾ ਸਾਹਿਬ ਆਓ ਤੇ ਗੁਰਦੁਆਰਾ ਸਾਹਿਬ ਜੀ ਨੇ ਅੱਗ ਲੱਗੀ ਸੀ ਤੇ ਸੇਵਾਦਾਰ ਆ ਕੇ ਬਚਾਇਆ। ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਆ ਇਹ ਸੰਗਤ ਕਰਦੀ ਹੈ ਰਲ ਮਿਲ ਕੇ। ਇਸ ਕਰਕੇ ਅੱਜ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਰਕੇ ਇਹ ਜੋ ਘਟਨਾ ਵਾਪਰੀ ਆ ਇਸ ਨੂੰ ਇੱਕ ਬੀਬੀ ਨੇ ਵੇਖਿਆ ਅਤੇ ਉਹਨੇ ਪ੍ਰਬੰਧਕਾਂ ਨੂੰ ਅਤੇ ਲੋਕਾਂ ਨੂੰ ਦੱਸਿਆ, ਜਿਸ ਕਰਕੇ ਲੋਕ ਜਿਹੜੇ ਗੁਰਦੁਆਰਾ ਸਾਹਿਬ ਪਹੁੰਚੇ ਛੇਤੀ ਨਾਲ। ਪਰ ਉਦੋਂ ਤੱਕ ਜਦੋਂ ਸੰਗਤ ਆਉਂਦੀ ਮਹਾਰਾਜ ਦਾ ਸਰੂਪ ਜਿਹੜਾ ਅਗਨ ਭੇਟ ਹੋ ਚੁੱਕਾ ਸੀ। ਨਹੀਂ, ਇਹਨੂੰ ਸ਼੍ਰੋਮਣੀ ਕਮੇਟੀ ਨੇ ਲੈ ਕੇ ਤੁਸੀਂ ਕਿੱਦਾਂ ਕਹਿੰਦੇ ਹੋ ਇੱਕ ਪਿੰਡ 'ਚ ਪੰਜ ਗੁਰਦੁਆਰਾ ਸਾਹਿਬ ਤੁਸੀਂ ਬਣਾ ਸਕਦੇ ਹਾਂ ਤਾਂ ਅਸੀਂ ਸੀਸੀਟੀਵੀ ਕੈਮਰੇ ਕਿਉਂ ਨਹੀਂ ਲਾ ਸਕਦੇ? ਸ਼੍ਰੋਮਣੀ ਕਮੇਟੀ ਦੇ ਦੀ ਜ਼ਿੰਮੇਵਾਰੀ ਕੋਈ ਨਹੀਂ ਹੈ, ਇਹ ਜ਼ਿੰਮੇਵਾਰੀ ਸਾਡੀ ਜਿਹੜੀ ਅਸੀਂ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ। ਪੰਜ ਪੰਜ ਗੁਰਦੁਆਰੇ ਮੇਰੇ ਹਲਕੇ ਵਿੱਚ ਇੱਕ ਛੋਟੇ ਛੋਟੇ ਪਿੰਡ 'ਚ ਆ ਜਿਹਨਾਂ ਪਿੰਡਾਂ ਦੀ 500 ਵੋਟ ਆ, ਉੱਥੇ ਪੰਜ ਗੁਰਦੁਆਰੇ ਤਾਂ ਅਸੀਂ ਬਣਾ ਸਕਦੇ ਹਾਂ ਪਰ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ। ਮੈਂ ਇਹ ਬੇਨਤੀ ਕਰਦਾ ਕਿ ਸਾਰੇ ਹੀ ਅਸੀਂ ਨਗਰਾਂ ਵਾਲੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਜਾਂ ਜਿੱਥੇ ਸੁੱਖ ਆਸਣ ਆ ਉੱਥੇ ਕੋਈ ਵੀ ਬਿਜਲੀ ਦਾ ਉਪਕਰਨ ਇਸ ਤਰ੍ਹਾਂ ਦਾ ਨਾ ਲੱਗਾ ਹੋਵੇ ਜਿਹਦੇ ਨਾਲ ਹਾਦਸਾ ਵਾਪਰਨ ਦਾ ਡਰ ਹੋਵੇ। ਜਦੋਂ ਇਸ ਸੰਬੰਧ ਵਿੱਚ SHO ਫਤਿਹਗੜ੍ਹ ਚੂੜੀਆਂ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮੋਹਤਵਰ ਵਿਅਕਤੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਪਿੰਡ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ ਕਿ ਬਿਜਲੀ ਦੇ ਉਪਕਰਨਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕਿ ਗਾਂ ਤੋਂ ਅਜਿਹੀ ਦੁਖਦਾਈ ਘਟਨਾ ਨਾ ਵਾਪਰ ਸਕੇ। ਇੱਥੇ ਜਿਹੜੇ ਵੀ ਸੇਵਕ ਨੇ ਜਾਂ ਮੋਹਤਵਰ ਨੇ ਉਹਨਾਂ ਦੇ ਬਿਆਨ ਅਸੀਂ ਲਏ ਆ। ਇਹ ਜਿਹੜੀ ਇੱਥੇ ਦੁਖਦਾਈ ਘਟਨਾ ਹੋਈ ਆ ਪੱਖੇ ਦੇ ਸ਼ਾਰਟ ਹੋਣ ਕਰਕੇ ਹੋਈ ਆ, ਉਹਦੀ ਅਸੀਂ ਰਿਪੋਰਟ ਦਰਜ ਕਰ ਰਹੇ ਹਾਂ। ਅਗਲੀ ਇਹਨਾਂ ਸਾਰੇ ਪਿੰਡਾਂ 'ਚ ਇਹਨਾਂ ਨੂੰ ਸੂਚਿਤ ਕੀਤਾ ਜਾਏਗਾ ਵੀ ਇਸ ਤਰ੍ਹਾਂ ਦੇ ਪੱਖੇ ਨਾ ਲਾਏ ਜਾਣ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਸੇਵ ਵੈਬ TV।